affected. This is not how it's gonna work. ਜਿਹੜਾ ਉਹਨੇ ਬਕਵਾਸ ਕਰਦਾ ਜੇ ਲਾਈਕ ਜਿਹਦਾ ਚੀ ਕਰਦਾ ਜੋ ਬੱਚੇ ਲਿਖਦਾ ਹੈ ਕਿਸੇ ਦੇ ਵੀ ਇੰਸਟਾਗ੍ਰਾਮ ਤੇ ਕਿਸੇ ਦੇ ਫੇਸਬੁੱਕ ਤੇ ਆਦੇ ਸੋਚ ਬਦਲੋ ਤੁਸੀਂ ਵੀ ਇੱਕ ਕੁੜੀ ਤੋਂ ਪੈਦਾ ਹੋਏ ਹੋ ਤੁਸੀਂ ਵੀ ਇੱਕ ਜਨਾਨੀ ਤੋਂ ਪੈਦਾ ਹੋਏ ਹੋ ਕੰਜਰੋ ਮੈਂ ਜ਼ਿੰਦਗੀ ਚ ਕਦੇ ਇੰਨਾ ਗੁੱਸਾ ਨਹੀਂ ਕੀਤਾ ਸੀ ਦਿਸ ਇਜ਼ ਗੈਟਿੰਗ ਮੀ ਸੋ ਡਾਊਨ ਰਾਈਟ ਨਾਓ ਸਾਲਾ ਉਹ ਵੀ ਇੱਕ ਮਾਂ ਨੂੰ ਗਾਲ ਜਾਂਦੀ ਆ ਕੋਈ ਵੀ ਮੁੰਡਾ ਜੇ ਇਹ ਸੋਚਦਾ ਹੈ ਕਿ ਤੁਸੀਂ ਕਿਸੇ ਵੀ ਕੁੜੀ ਵਾਸਤੇ ਕਮੈਂਟ ਕਰਦੇ ਹੋ ਬਸ ਇੱਕ ਚੀਜ਼ ਸੋਚ ਲਓ ਕਿ ਤੁਸੀਂ ਵੀ ਕਿਸੇ ਕੁੜੀ ਦੇ ਢਿੱਡ ਤੋਂ ਪੈਦਾ ਹੋਏ ਹੋ ਤੁਸੀਂ ਅਸਮਾਨ ਤੋਂ ਨਹੀਂ ਡਿੱਗੇ ਹੈਗੇ ਜੇ ਤੁਹਾਡੀ ਕੋਈ ਭੈਣ ਨਹੀਂ ਹੈਗੀ ਨਾ ਠੀਕ ਆ ਇਮੈਜਿਨ ਤੁਹਾਡੀ ਕੋਈ ਭੈਣ ਨਹੀਂ ਹੈਗੀ ਤੁਹਾਡੀ ਮਾਂ ਤਾਂ ਹੈਗੀ ਹੈ ਕਿ ਤੁਸੀਂ ਬਿਨਾਂ ਮਾਂ ਦੇ ਪੈਦਾ ਹੋਏ ਹੋ See bad comments so there is no freaking reason to have bad comments they just want to comment back to have your attention I'm telling you guys if I see any single comment on my picture ekvi single comment I'm going to put a FIR against them and this is like open I'm telling everybody openly I'm telling you parvarish te vich vi parents aa jande hai na
ਪੇਰੈਂਟਸ ਇੱਦਾਂ ਦੇ ਨਹੀਂ ਹੁੰਦੇ ਵੀਰੇ, ਕਿਸੇ ਦੇ ਮਾਂ ਬਾਪ ਨਹੀਂ ਇੱਦਾਂ ਦੇ ਹੁੰਦੇ ਕਿ ਤੁਸੀਂ ਆਪਣੇ ਬੱਚਿਆਂ ਨੂੰ ਗਲਤ ਚੀਜ਼ ਸਿਖਾਓ ਜਾਂ ਗਲਤ ਥਿੰਕਿੰਗ ਉਹਨਾਂ ਦੇ ਪ੍ਰਤੀ ਰੱਖੋ ਜਾਂ ਤਾਂ ਕੁੜੀਆਂ ਦੇ ਰਿਸਪੈਕਟ ਕਰਨਾ ਸਿਖਾਓ, ਇਹ ਚੀਜ਼ਾਂ ਨਹੀਂ ਹੁੰਦੀਆਂ। ਇਹ ਆਪਦੇ ਮਾਂ ਬਾਪ ਨੂੰ ਬੇਸ਼ਰਮ ਕਰਦੇ, ਆਪਦੇ ਮਾਂ ਬਾਪ ਨੂੰ ਆਪਦੇ ਮਾਂ ਬਾਪ ਦੀ ਬੇਇੱਜ਼ਤੀ ਕਰਦੇ ਇੱਥੇ ਆ ਕੇ। ਇਹ ਸਾਰੀ ਕੁੜੀਆਂ ਜਿਹੜੀਆਂ ਮੈਨੂੰ ਇਸ ਟਾਈਮ ਦੇਖ ਰਹੀਆਂ ਨੇ, ਸੁਣ ਰਹੀਆਂ ਨੇ, ਉਹਨਾਂ ਨੂੰ ਸਾਰਿਆਂ ਨੂੰ ਪਤਾ ਕਿ ਕਿੰਨੀ ਇੱਜ਼ਤ ਕਰਦੇ ਨੇਗੇ ਇਹ। ਇਹ ਸਾਡੇ ਅਸੀਂ ਤਾਂ ਸੋ ਕੋਲਡ ਸੈਲੀਬ੍ਰਿਟੀ ਹੁੰਦੀ ਆ ਹਨਾ, ਇਹ ਤਾਂ ਨੋਰਮਲ ਕੁੜੀਆਂ ਦੀ ਇੱਜ਼ਤ ਨਾ ਕਰਨ। I am telling you guys, if I see anybody commenting shit on my picture, anybody commenting shit on anybody's picture, I take this initiative to fight against it. I take this initiative. Bahut ho gaya hai. You cannot imagine how bad it feels, okay? You guys cannot imagine how bad it feels when you're not such a person and then person commenting like that. If you guys are with me, support me. If you guys cannot, please don't be on my Instagram. Don't support me. I don't need faker. I don't need fake people with me. I need real. I need original. ਐਦਾਂ ਨਹੀਂ ਚਾਹੀਦਾ ਕਿ ਤੁਸੀਂ ਬਸ ਇੱਥੇ ਸਿਰਫ ਮਜ਼ੇ ਲੈਣ ਲਈ ਹੋ ਬਸ, ਕਿ ਹਾਂ ਜੋ ਕਮੈਂਟ ਕਰਿਆ ਤਾਂ ਕਮੈਂਟ ਲਾਈਕ ਕਰਤਾ। I'm sorry and I'm feeling really really stupid about it.